ਹਾਂ ਜੀ ਮਿੱਤਰੋ, ਗੁੱਡ ਮੋਰਨਿੰਗ ਹੈ ਸਾਰਿਆਂ ਨੂੰ। ਅੱਜ ਤੁਸੀਂ ਸਵੇਰ ਦੇ 7 ਵੱਜ ਗਏ, ਸਵੇਰੇ 6:15 ਲੱਗਿਆ ਸੀਗਾ। ਉੱਪਰ ਪਾਣੀ ਲਾਤਾ, ਦੋ ਵਾਰੀ ਲਾਉਂਦਾ ਮੈਂ, ਇੱਕ ਵਾਰ ਲਾ ਕੇ ਫਿਰ ਦੁਬਾਰੇ। ਨੀਚੇ ਇੰਨੀ ਕੁ ਜਗ੍ਹਾ ਰਹਿ ਗਈ ਰਿਹਾ ਪਿਆ, ਬਾਕੀ ਇਹਨੂੰ ਪਾਣੀ ਲਾਤਾ ਸਾਰੇ ਨੂੰ, ਇਹਨੂੰ ਵੀ ਲੱਗ ਗਿਆ ਸਾਰੇ ਨੂੰ। ਅਤੇ ਹੁਣ 7 ਵੱਜ ਗਏ, ਪਰ ਉਹਨੂੰ ਛੱਡਿਆ ਫਿਰ ਆ ਕੇ ਕੰਧ 'ਤੇ, ਉਹ ਪਿਛਲੇ ਉੱਤਾਂ ਨੂੰ ਲਾਉਣਾ। ਉਹ ਦੇਖੋ ਤਿਆਰੀ ਕਰ ਰਹੀ ਜਾਣ ਦੀ, ਨੱਕ ਮੋਂਗਲੀਆਂ ਪਾਈ ਜਾ ਕਰ ਗੰਦੇ। ਅਤੇ ਚਲੋ ਆਪਾਂ ਪਰਗ ਉਹਨੂੰ ਛੱਕੇ ਆਈਏ, 7 ਵੱਜ ਗਏ, ਫਿਰ ਦੇਖਦੇ ਹਾਂ ਜਾ ਕੇ ਬਾਕੀ ਪਾਣੀ। ਪਾਣੀ ਲਾਉਣ ਕਰਕੇ ਪਾਣੀ ਲੱਗ ਗਿਆ, ਇੱਟਾਂ ਰੱਖਾ ਦੀਆਂ ਕਢਾ ਕੇ, ਔਰ ਅੱਗੇ ਵਾਰ ਕਰਾਵਾਂਗੇ। ਹੁਣ ਆਹ ਬਣ ਪੱਟਣੀ ਪੈਣੀ ਸਾਰੀ, ਇਹਨੂੰ ਲਾਉਣਾ ਕੇ ਪਾਣੀ, ਦੇਖਦਾ ਜੇ ਮਿਸਤਰੀ ਆ ਗਿਆ ਫਿਰ ਇੱਟਾਂ ਨੂੰ ਵੀ ਲਾਉਣਾ, ਮੋਰੇ ਵਗੈਰਾ ਹੋ ਜੂਗੀ ਤਾਂ ਮੈਂ ਕਰਦੇ। ਚਲੋ ਛੱਡੇ ਪਹਿਲਾਂ, ਬਸ ਲੇਟ ਨਾ ਹੋ ਜਾਏ ਕਿਤੇ, ਪਾਣੀ ਲਾ ਕੇ ਵੀ ਲਾ ਜੂ ਬਸ। ਨਹੀਂ ਨਹੀਂ ਚਲ ਆ ਕੇ, ਨਹੀਂ ਨਹੀਂ ਆ ਕੇ ਪਾਣੀ ਲਾ ਕੇ ਨਹਾ ਧੋ ਕੇ ਪਾਠ ਪੂਜਾ ਕਰਕੇ ਫਿਰ ਵਿਹਲੇ ਪਾ, ਫਿਰ ਮਿਸਤਰੀ ਦੀ ਵੇਟ ਕਰਾਂਗੇ। ਅੱਜ ਮੈਂ ਹੀ ਹਾਂ ਘਰ, ਪਰਗੁਣ ਵੀ ਸਕੂਲ ਚਲੀ, ਪਰਗੁਣ ਦੇ ਮੰਮਾ ਵੀ ਜਾ ਰਹੇ ਅੱਜ ਕੰਮ। ਉਹ ਪੁੱਤ ਗੁਰਸਾਂ ਜੀ ਦਾ ਆਧਾਰ ਕਾਰਡ ਬਣਵਾ ਕੇ ਆਉਣਾ ਮੇਰੇ ਖਿਆਲ, ਉੱਥੇ ਜਾ ਰਹੇ ਹਾਂ। ਅਤੇ ਹਾਂ ਮੈਂ ਹੀ ਆਊਂਗਾ ਪੁੱਤ, ਠੀਕ ਹੈ। ਉਹ ਸ਼ੇਰ ਪੱਕੇ ਕੀ ਦੁਕਾਨਾਂ ਵੀ ਬਣ ਗਈਆਂ, ਉਹਦੇ ਕੋਲ ਪਲਸਤਰ ਹੋ ਗਿਆ ਵੀ ਮਿੱਤਰਾਂ। ਦੇਖੋ ਆਪਣਾ ਘਰ ਲੱਗ ਗਿਆ, ਕੰਮ ਸ਼ੁਰੂ ਹੋ ਗਿਆ ਟੈਲਾਂ ਦਾ। ਮੰਦਰ ਪ੍ਰਦੇ ਦੀ ਟੈਂਕੀ 'ਤੇ ਪਾਣੀ ਦੇਖਣਾ, ਤਾਂ ਪਾਣੀ ਭਰਿਆ ਪਿਆ ਟੈਂਕੀ, ਕਿਹੜਾ ਇਲੈਕਟ੍ਰੋਲ ਬੈੱਲ ਵੱਜੀ ਜਾ ਰਹੀ ਹੈ। ਆਹ ਦੇਖੋ ਹੁਣ ਇੱਧਰ ਖਿੱਤੋ, ਅਜੇ ਗੰਨੇ ਵੀ ਬੰਨੇ ਆ ਦੁਪਹਿਰ ਨੂੰ ਬਣਵਾਉਂਦੇ ਆ ਮੁੰਡੇ ਦਾ। ਚਲੋ ਲੈ ਵੀ ਮਿੱਤਰਾਂ, ਆਹ ਦੇਖੋ ਆਪਣਾ ਟਾਈਮ ਦਾ ਕੰਮ ਸ਼ੁਰੂ ਹੋ ਗਿਆ, ਠੀਕ ਦਾ ਸਾਹਮਣੇ ਲਾਉਣਾ ਕਰਤਾ ਸ਼ੁਰੂ ਟਾਈਲ। ਪਹਿਲਾਂ ਇੱਕ ਲਾਈਨ ਪੂਰੀ ਲਾਊਗਾ ਬਾਈ, ਥੋੜਾ ਰਹਿ ਗਿਆ ਨਿਬੇੜ ਦਾ ਨਾ ਨਾ, ਠੀਕ ਹੈ ਓਕੇ ਲਾ ਦੇ ਮਿੱਤਰਾ। ਅੱਜ ਟਾਇਲ ਵਾਲਾ ਕੰਮ ਨਿਬੜ ਜੂ ਆਪਣਾ, ਉਹ ਤੋਂ ਬਾਅਦ ਆਪਾਂ ਹੋ ਜਾਵਾਂਗੇ ਵਿਹਲੇ, ਫਿਰ ਆਪਣਾ ਦਫ਼ਤਰ ਜਾਂਦੇ ਹੋ ਗਏ, ਅਤੇ ਆਪਣਾ ਚੱਲ ਰਿਹਾ ਇੱਧਰ ਕੰਮ ਲੈਪਟੋਪ ਦੇ ਨਾਲ ਨਾਲ। ਆਹ ਦੇਖੋ ਬਾਈ, ਅੱਜ ਤਾਂ ਨਾ ਬਸ ਗੇੜੇ ਪਰ ਗੇੜਾ, ਹੁਣ ਪਹਿਲਾਂ ਉਹ ਲਿਆ ਡਰੇਨ ਪੈਪ ਉਹ ਏ ਸੀ ਵਾਲਾ, ਅਤੇ ਹੁਣ ਆ ਲਿਆ ਜਿਹੜਾ ਉੱਪਰੋਂ ਰੇਨ ਵਾਟਰ ਪਾਈਪ ਆ ਰਿਹਾ ਨਾ, ਹਾਂ ਰੇਨ ਵਾਟਰ ਪਾਈਪ ਆਇਆ ਉਹ ਵੀ ਪਾਉਣਾ। ਮੈਂ ਕਿਹਾ ਪਾਏ ਦਿਓ, ਫੈਸਿਲਿਟੀ ਚੱਲ ਰਹੀ ਹੈ, ਦਿਖਾਉਂਦਾ ਤੁਹਾਨੂੰ। ਆਹ ਪੈਪ ਲੈ ਕੇ ਆਇਆ ਪਰ ਹੁਣ ਚੱਕ, ਆਹ ਚੱਕ ਇਹਨੂੰ ਚੱਕ ਚੱਕ, ਦਿਖਾਉਂਦਾ ਜੀ ਆਹ ਪੈਪ ਪਾਉਣਾ ਨਾ, ਫਿਰ ਆਹ ਵੀ ਮੈਂ ਲੈ ਹੀ ਆਇਆ ਹੁਣ। ਮੈਂ ਕਿਹਾ ਹੁਣ ਜਦੋਂ ਇੰਨਾ ਕੰਮ ਕਰਾ ਰਹੇ ਹੈ ਤਾਂ ਮਾੜਾ ਜਿਹਾ ਕੰਮ ਵੀ ਕਿਉਂ ਖਰਾਬ ਕਰਨਾ। ਕਿਹੜਾ ਪਾਣੀ ਵਾਲਾ ਪੈਪ ਹੈ? ਪਾਣੀ ਦਾ ਪੈਪ ਨਹੀਂ ਹੈ, ਬਿਜਲੀ ਦਾ ਪੈਪ ਹੈ। ਪਾਣੀ ਦਾ ਕਿੱਥੇ ਦਾ ਯਾਰ? ਪਾਣੀ ਵੈਸੇ ਪੈਪ ਮੈਂ ਖੜਿਆ ਹੋਣਾ, ਪੂਰਾ ਪਾਣੀ ਕਿੱਥੇ ਜਾ ਗਿਆ? ਪਾਣੀ ਦਾ ਪੈਪ ਕਿਹੜਾ ਗਿਆ? ਦੇਖੋ ਆਹ ਡਰੇਨ ਵਾਲਾ ਪੈਪ, ਇੰਨੀ ਟਾਈਮ ਲੱਗ ਗਿਆ। ਜਿਹੜੀ ਕੰਧ ਕਰੀ ਵੀ ਨਾ, ਇਹਨੂੰ ਮਿੱਟੀ ਲਾਉਣੀ ਰਹੀ ਵੀ ਤੇਜ਼, ਹੁਣ ਮੈਂ ਕਿਹਾ ਮਿਸਤਰੀ ਗਿਆ ਵੀ ਜੇ ਬੰਦਾ ਵਿਹਲਾ ਹੈ। ਇੱਧਰ ਲਾ ਰਿਹਾ ਬਾਈ, ਮੈਂ ਇੱਧਰ ਲਾ ਰਿਹਾ, ਮਿੱਟੀ ਉਹ ਲਾ ਦੀ ਮੈਂ ਕਹਿੰਦਾ, ਨਾਲੇ ਆ ਜਾਮਣ ਨੂੰ ਪੱਟ ਕੇ ਥੋੜ੍ਹਾ ਉਰੇ ਕਰਾ, ਕੜੀ ਪੱਤਾ ਠੀਕ ਹੋ ਨਹੀਂ ਇੰਨਾ, ਹੋਰ ਜਾਮਣ ਥੋੜ੍ਹਾ ਵਧੂਗੀ ਨਾ, ਇਹਨੂੰ ਉਰੇ ਕਰਾ, ਘਰ ਤਾਂ ਜਾਮਣ ਕੱਢ ਦੇ ਉਹਦੇ, ਬਾਕੀ ਤਾਂ ਠੀਕ ਹੈ। ਦੇਖੋ ਬਾਈ ਮੌਸਮ
ਲਿਆ ਵੀ ਮਿੱਤਰਾਂ ਮੀਂਹ ਪੈ ਲਿਆ ਚੰਗਾ ਐਨ ਤਸੱਲੀ ਵਾਲਾ, ਮੈਂ ਢੱਕ ਦਿਆ ਤਾਂ ਬਚ ਗਿਆ ਆਪਣਾ ਜਿੰਨਾ ਦਾ। ਅਤੇ ਆ ਲਓ ਜੀ ਬਾਈ ਹੁਣੀ ਜਸਟ ਗਿਆ ਮੀਂਹ ਪੈਣ ਲੱਗ ਗਿਆ ਤਾਂ ਤੁਹਾਨੂੰ ਰੋਕ ਲਿਆ ਤਾਂ ਮੀਂਹ ਪਹੁੰਚ ਜਾ ਕੇ ਲਾ ਗਿਆ ਦਰਵਾਜ਼ਾ। ਬਹੁਤ ਵਧੀਆ ਸੈਟਿੰਗ ਆਈ ਦਰਵਾਜ਼ੇ ਦੀ, ਮੀਨਾ ਕੁੰਡੀ 'ਤੇ ਵੀ ਐਨ ਦੇਖੋ ਐਨ ਲੱਗ ਗਿਆ। ਚਲੋ ਸੋਈਏ ਜੀ, 10:15 ਹੋ ਗਏ ਪਈਏ, ਹੁਣ ਸਵੇਰੇ ਮਿਲਦੇ ਹਾਂ ਜੀ। ਹੁਣ ਤਾਂ ਬਾਕੀ ਮੌਸਮ ਖਰਾਬ ਹੀ ਆ ਜੀ। ਆਹ ਦੇਖੋ ਮਿੱਤਰੋ, ਆਹ ਦੇਖੋ ਆਹ ਲਾ ਦੀ ਬਾਈ ਨੇ ਅੱਜ ਪੱਟ ਕਿਹੜੀ ਲਾਉਣੀ ਤੀ ਮੇਨ ਬੜੀ ਪਈ ਤੇ ਉੱਧਰ ਵੀ ਲੱਗ ਗਿਆ। ਮਿਸਤਰੀ ਠੇਕੇਦਾਰ ਚਲੇ ਗਿਆ, ਰਹਿ ਗਈਆਂ 4 ਟੈਲਾਂ ਆ ਰਿਹਾ, ਉਹ ਲਾਈਆਂ ਉਹਨੇ 3-3, 6-3, 9 ਟੈਲਾਂ, ਬਾਕੀ ਇਹਨੇ ਲਾਈ ਪਈ ਨੇ ਰਿਪੇਅਰ ਸਾਈਡ 'ਤੇ। ਉਹ ਲੱਗ ਗਿਆ ਠੇਕੇਦਾਰ, ਆ ਰਿਹਾ ਕੰਮ ਗਿਆ ਜੀ ਰਿਪੇਅਰ, ਕਹਿੰਦਾ ਆ ਗਿਆ। ਅਪੋਕਸੀ ਭਰਵਾਉਣੀ ਯਾਰ, ਆਦਮੀ ਪੈਣ ਕਰਕੇ ਥੱਲੇ ਪਾਣੀ ਲੀਕ ਉਹ ਚੋ ਰਿਹਾ ਸਿਲੰਡਰ ਤਕਰੀਬਨ, ਬਸ ਕੱਲ੍ਹ ਤੱਕ ਸ਼ਾਇਦ ਅਗਰ ਬਾਬੇ ਨੇ ਸੁੱਖ ਰੱਖੀ ਤਾਂ ਕੰਮ ਨਿਬੜ ਜੂਗਾ। ਉਹ ਖਿੱਚ ਦੇਣਾ ਕੰਮ 2 ਦਿਨ ਦਾ ਰਿਹਾ, ਆ ਰਹੀ ਅੱਜ ਜੇ ਸਾਰਾ ਕਰ ਦੇਣਾ ਅੱਜ ਤਾਂ ਕੱਲ੍ਹ ਇਹ ਵਾਲਾ ਰਹਿ ਜਾਏਗਾ, ਬਸ ਇਹ ਵਾਲਾ ਬਸ ਇਹ ਰਹਿ ਗਿਆ, ਇਹ ਮੇਰਾ ਸੁੱਖ ਸਾਫ਼ ਕਰਿਆ ਗਿਆ ਸਾਰਾ। ਬਾਕੀ ਦੇਖਦੇ ਹਾਂ, ਅਜੇ 3 ਵਜੇ ਹੈ, ਹੈਗੇ 2-3 ਘੰਟੇ ਜੇ ਠੇਕੇਦਾਰ ਆ ਗਿਆ ਨੇੜੇ ਬਾਅਦ ਨਾ ਉਡਾਉਂ ਬਸ। ਦੇਖੋ ਬਈ ਰਾਤ ਜ਼ੋਰਦਾਰ ਮੀਂਹ ਆਇਆ, ਰੇਤਾ ਰੂਤਾ ਜਿਹਾ ਸਾਰਾ ਕਰ ਗਿਆ, ਸਿਲੰਡਰ ਨੂੰ ਸਾਫ਼ ਕਰ ਗਿਆ, ਬਜਰੀ ਬਜਰੀ ਵੀ ਰਹਿ ਗਈ ਔਰ ਲਾਉਣੀ ਇਹਨੇ ਤਾਂ। ਅਤੇ ਆਹ ਕੰਮ ਲੈ ਆਪਣਾ ਪੈਂਡਿੰਗ ਹੈ, ਆਹ ਦੇਖੋ ਆ ਪੱਥਰ ਬਣਾ ਦਿੱਤਾ ਉਹਨੂੰ, ਜਿਹੜਾ ਚੀਜ਼ ਲਾਈ ਵੀ ਆਪਾਂ ਲਿਜਾ ਲਿਆ ਜੀ, ਪਾਣੀ ਵੜ ਜਾਵੇ ਮਾੜਾ ਜਿਹਾ ਵੀ। ਅਤੇ ਆਪਣੀਆਂ ਟੈਲਾਂ ਤਕਰੀਬਨ ਅੱਜ ਕੰਪਲੀਟ ਹੋ ਗਿਆ, ਟੈਲਾਂ ਵਾਲਾ ਕੰਮ ਤਕਰੀਬਨ ਗੁਆਂਢੀ ਵਾਲਾ ਹੋ ਗਿਆ। ਆਹ ਲੱਗ ਗਈਆਂ ਉਹਦੇ ਵੀ ਖੂਹਾਂ ਲੱਗ ਗਈਆਂ, ਜਿਹੜਾ ਮੇਨ ਹੈ ਤੇ ਰੋਡ ਵੀ ਹੈ ਘਰ ਪੂਰੇ ਸੀਗੇ, ਆਹ ਲੱਗ ਗਿਆ ਇਕੱਠਾ ਦੇ ਤਾਂ ਦਿਆ ਗਿਆ, ਦੇ ਤਾਂ ਦੇ ਨਹੀਂ ਦੇ ਤਾਂ ਦਿਆ। ਲੈ ਵੀ ਮਿੱਤਰਾ ਜੇ ਵਾਰੀ ਆ ਗਈ ਤੇ ਆ ਵੀ ਵਾਰੀ ਆ ਗਈ ਤੇ ਇਹ ਨਿਬੜ ਗਿਆ ਸਾਰਾ। ਇੱਧਰ ਇਹ ਲੱਗਿਆ ਹੋਇਆ ਬਾਈ, ਉਹ ਕਰਨ ਬਾਬਾ ਸਿੱਖ ਰੱਖੋ ਦਾ ਸਾਰੇ ਕੰਮ ਨਿਬੜ ਨਾ ਤੇ ਸਹੀ ਆਪਾਂ ਕੱਲ੍ਹ ਤੋਂ ਆਪਣਾ ਕੰਟੀਨਿਊ ਆਫਿਸ। ਦੇਖੋ ਜੀ ਉਹਨਾਂ ਦਾ ਪਾਣੀ ਨਾ ਰੋਕੀਏ ਤਾਂ ਇਹ ਗੰਦ ਪੀ ਰਿਹਾ, ਇੱਧਰ ਦੇਖ ਲਓ ਬਾਈ ਕੱਢ ਰਿਹਾ, ਜੇ ਉਹ ਪਾਣੀ ਨਾ ਰੋਕਾਂ ਤਾਂ ਇਹੋ ਸਾਹਿਬ ਜਾ ਰਿਹਾ ਅੰਦਰ, ਇਹ ਰੋਕਣੇ ਕੀ ਮਜਬੂਰੀ ਮਾਰੀ ਹੋਇਆ ਗੰਦਾ ਪਾਣੀ ਦੇਖ ਲਓ। ਉਹ ਇਹਨਾਂ ਦਾ ਯਾਰ ਇਹ ਬਲੋ ਬੰਦ ਰਹਾ ਹਮੇਸ਼ਾ ਉਹੀ ਗੰਦਾ ਪਾਣੀ ਕੀ ਗਾਤਾ ਭਰ ਰਹੀ ਰਹੇ ਉਹ, ਅਰੇ ਸਾਰਾ ਮੁਹੱਲਾ ਥਲਾ ਐਨ ਤੌਰ 'ਤੇ ਪੀ ਰਿਹਾ, ਫਿਰ ਉਹ ਕੋਈ ਨਹੀਂ ਬੋਲਦਾ ਇਹਨਾਂ ਨੂੰ ਆ ਗੱਡਰੀਆਂ ਨੂੰ। ਮੈਂ ਫਿਰ ਬੰਦ ਕਰਾਂ ਹਾਰ ਗਾਏ ਉਹਨਾਂ ਨਾਕੇ ਲਾਵਾਂ ਸਾਲੇ, ਤਾਂ ਜਾ ਕੇ ਸਾਫ਼ ਪਾਣੀ ਪੀਣੇ ਨੂੰ ਮਿਲਾਂ ਮਾੜਾ ਮੋਟਾ।